ਸਾਡੀ ਇਨਕਮ ਆਈ ਲੋ ਜੀ ਗਾਇਜ਼, ਇਹ ਹੁਣ ਖਾਣ ਲੱਗੇ ਆ, ਠੀਕ ਹੈ। ਐ ਇੱਥੋਂ ਲਈ ਐ ਮਾਡਲ ਡੋਨ ਦੀਆਂ ਰੇੜੀਆਂ ਨੇ, ਬੜਾ ਫੇਮਸ ਆ। ਲੋ ਜੀ ਦੋਸਤੋ, ਇਹ ਫੋਨ ਲਿਆ, ਐ ਚਾਚੂ ਰੱਬ ਲਿਆ, ਖਰਾ ਕੰਮ ਕਰੀਦਾ, ਸ਼ਾਨਦਾਰ ਮੋਬਾਈਲ ਵਾਲੇ। ਭਾਈ 1.85 ਭਾਈ ਨੇ ਕਿਹਾ ਮਾਡਲ ਚੋਂ ਤੇ ਅੱਜ ਇੱਥੇ ਲੈਣ ਆਏ ਆ। ਤੇ ਭਾਈ ਕੀ ਲੈਣ ਆਏ? ਬਈ ਮੋਬਾਈਲ ਲੈਣਾ, ਮੋਬਾਈਲ ਆ ਚੋਰੀ ਦਾ ਲੈਣ ਆਏ ਆ। ਨਾਲ ਆ ਸਾਡੇ ਮੋਹਤਵਰ ਸ਼ਖਸੀਅਤ ਚੋਰੀ ਸਕੀ ਮੈਂ, ਠੀਕ ਹੈ। ਤੇ ਅੱਜ ਜੇ ਮੋਬਾਈਲ ਚ ਮੈਂ ਲੈ ਕੇ ਤੁਹਾਨੂੰ ਪਤਾ ਜਿਵੇਂ ਕਿ ਚੌਧਰੀ ਬੰਦੇ ਆ, ਪਰੇ ਜਾਤਾਂ ਲੈ ਗਈਆਂ, ਦੇਖਦੇ ਰਹੋ ਛੱਡਣ ਦੇ ਵਲੋਗ ਤੇ ਬਾਕੀ ਦੀ ਅਪਡੇਟ ਤੁਹਾਨੂੰ ਦੇਣ ਦੇ ਰਾਂਗੇ। ਸ਼ਹਿਰ ਜਾ ਸ਼ਹਿਰ ਆ ਗਏ ਭਾਈ, ਸ਼ਹਿਰ ਆ ਗਏ। ਇਹਨਾਂ ਨੂੰ ਇਹ ਝੂਠ ਬੋਲ ਕਹਿਣਾ ਇਹ ਕਿੱਲੇ ਹੀ ਆ। ਬਾਕੀ ਕੱਲ ਦੀਆਂ ਵੀਡੀਓ ਬਣਾਈਆਂ ਨੇ, ਰਾਹ ਦੀਆਂ ਪੂਰੀਆਂ ਨੀ ਕਰਨੀਆਂ। ਬਾਕੀ ਦੇਖਦੇ ਰਹੋ ਵੀਡੀਓ, ਇਹ ਵੀਡੀਓ ਸਪੋਂਸਰ ਕੀਤੀ ਗਈ ਹੈ ਮਿਸਟਰ ਬੀਸਟ ਤੋਂ। ਦੇਖੋ ਝੂਠ ਕਿੰਨੇ ਹੀ ਬੋਲ ਰਹੇ ਆ। ਸਲਾਮ ਜੀ। ਸਿਕੰਦਰ ਆਏ ਆ, ਇਹ ਰਾਣਾ ਫੋਨ ਲੱਭ ਰਿਹਾ ਫਿਲਹਾਲ, ਦੇਖੋ ਫਿਰ ਕੀ ਬਣਦਾ। ਬਾਕੀ ਦੇਖਦੇ ਰਹੋ ਛੱਗਣ ਦੇ ਵਲੋਗ। ਲੋ ਜੀ ਗਾਇਜ਼, ਇਹ ਵੇ ਸਾਰੀ ਮਾਰਕੀਟ ਮਾਡਲ ਡੋਨ। ਜਿਵੇਂ ਕਿ ਤੁਸੀਂ ਅਗਰ ਪਿਛਲੇ ਮੇਰੇ ਵਲੋਗ ਦੇਖੇ ਨੇ ਜਿਹਨਾਂ 'ਚ ਮੈਂ ਆਈਫੋਨ ਬਾਈ ਕਰ ਰਿਹਾ ਜਾਂ ਲੈ ਰਿਹਾ, ਉਹਨਾਂ ਦੇ ਵਿੱਚ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਈਆਂ ਨੇ, ਠੀਕ ਹੈ। ਅਤੇ ਇਸ ਟਾਈਮ ਨਾ ਦੇਖ ਰਹੇ ਹੋ ਤੁਸੀਂ, ਸੁਬਹਾ ਤੋਂ ਸਾਨੂੰ ਰਾਤ ਹੋ ਗਈ, ਲੇਕਿਨ ਲੈਣ ਆਉਣਾ ਤਾਂ ਬੜੇ ਮਹਿੰਗੇ ਹੋ ਜਾਂਦੇ, ਅਤੇ ਵੇਚਣ ਆਉ ਨਹੀਂ ਨਹੀਂ ਜਦੋਂ ਵੇਚਣ ਆਉਣਾ ਭਾਈ ਰਾਤੀ ਰੇਟ ਇੱਕ ਪੂਰੇ ਰੇਟ 'ਤੇ ਹੋਇਆ ਹੀ ਨਹੀਂ, ਸਵੇਰੇ ਇਹਨਾਂ ਨੂੰ ਲੈਣ ਆਓ, ਉਹ ਰਾਤੀ ਰੇਟ ਵਧੇ ਨੇ, ਤੁਹਾਨੂੰ ਪਤਾ ਹੋਵੇ ਟੈਕਸਾਂ ਦਾ। ਲਓ ਜੀ ਦੋਸਤੋ, ਇਹ ਫੋਨ ਲਿਆ, ਐ ਚਾਚੂ ਰੱਬ ਲਿਆ, ਖਰਾ ਕੰਮ ਕਰੀਦਾ, ਸ਼ਾਨਦਾਰ ਮੋਬਾਈਲ। ਸਾਡੀ ਇਨਕਮ ਆਈ ਮਾਜ਼ਰਤ, ਭਾਜੀ ਸਹੀ ਗੱਲ ਹੈ, ਬੋਲੀ ਨੀ ਲਾਈ। ਲਓ ਜੀ ਗਾਇਜ਼, ਇਹ ਹੁਣ ਖਾਣ ਲੱਗੇ ਆ, ਠੀਕ ਹੈ। ਐ ਇੱਥੋਂ ਲਈ ਐ ਮਾਡਲ ਡੋਨ ਦੀਆਂ ਰੇੜੀਆਂ ਨੇ, ਬੜਾ ਫੇਮਸ। A few moments later. ਅਸਲਾਮ ਵਾਲੇਕੁਮ ਜੀ ਦੋਸਤੋ, ਜਿਵੇਂ ਕਿ ਮੈਂ ਤੁਹਾਡਾ ਆਪਣਾ ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਛੱਗਣ ਤੇ ਅੱਜ ਜਾ ਰਿਹਾ ਸ਼ਹਿਰ ਤੋਂ ਵਾਪਸ, ਠੀਕ ਹੈ। ਠੀਕ ਹੈ ਜੀ, ਰਾਣਾ ਸਾਹਿਬ ਕੀ ਹਾਲ ਹੈ? ਵੀ ਅਸੀਂ ਠੀਕ ਹੈ। ਤੇ ਦੋਸਤੋ, ਜਿਵੇਂ ਕਿ ਅੱਜ ਅਸੀਂ ਲੈਣ ਆਏ ਹਾਂ ਮੋਬਾਈਲ, ਮਤਲਬ ਫੁੱਲ ਇੰਜੋਏ ਬਹੁਤ ਕੀਤਾ, ਜੋ ਕਿ ਜਿਵੇਂ ਜਿਵੇਂ ਕੀਤਾ, ਬਾਕੀ ਦੇਖਦੇ ਰਹੋ
ਲਵ ਯੂ ਹੋ ਗਿਆ ਤੋ ਤੁਹਾਨੂੰ ਪਤਾ ਸਟਾਰ ਬੰਦੇ ਆ ਫੈਨਸ ਫੂਨਸ ਮਿਲਦੇ ਰਹਿੰਦੇ ਨੇ ਅਗਲੇ ਵਲੌਗਿੰਗ ਹੋ ਰਹੀ ਹੈ ਅਤੇ ਫਿਰ ਬਾਕੀ ਤੁਸੀਂ ਦੇਖਦੇ ਰਹੋ ਜਿਵੇਂ ਕਿ ਚੈਨਲ 'ਤੇ ਨਹੀਂ ਆਇਆ ਲਾਈਕ ਅਤੇ ਸਬਸਕ੍ਰਾਈਬ ਸਾਡੇ ਦੋ ਦਿਨ ਦਾ ਤੁਹਾਡਾ ਇੱਥੇ ਹਾਰਡ ਵਰਕ ਕੇ ਭਰਪੂਰ ਮਿਹਨਤ ਕੀਤੀ ਹੈ ਯਾਰ ਠੀਕ ਹੈ ਬਾਕੀ ਟਰੱਕ ਭਰ ਕੇ ਲਵ ਯੂ ਹੋ ਗਿਆ ਅਤੇ ਗਾਲਾਂ ਚਾਲਾਂ ਬਾਕੀ ਪੈ ਰਹੀਆਂ ਅਤੇ ਹੁਣ ਆਪਣਾ ਵਲੌਗ ਇੱਥੇ ਖਤਮ ਕੀਤਾ ਓਕੇ ਜੀ ਅੱਲਾ ਹਾਫਿਜ਼ ਟੇਕ ਇਟ ਬਾਏ ਬਾਏ।